बहुत ही बढ़िया भागा वाला परिवार है और हाथ जोड़ के बेनती है जो धन धन सतगुरु रविदास महाराज जी का प्रकाश जो 24 तरीक नू आ रहा है 22 तरीक नू गुरु घर विखे श्री खंड प्रसाद जी प्रारंभ होंगे 24 तरीक नू भोग पाए जाएंगे उस वीक दे विच एक वीरवार नू पाठ रखा जाएगा और एक शुक्रवार नू श्री खंड प्रसाद रखे जाएंगे सो आप जी ने वध चढ़ के हिस्सा पावना है और 10 मार्च नू ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢੇ ਜਾਣਗੇ ਤੇ ਇਸ ਵਿੱਚ ਵੀ ਆਪ ਜੀ ਨੇ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਹੈ ਸੋ ਸ਼ਬਦ ਦੀਆਂ ਹਾਜ਼ਰੀਆਂ ਭਰੀਆਂ ਨੇ ਸਤਿਗੁਰੂ ਦੀ ਬਖਸ਼ਿਸ਼ ਕਰਨ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਜੋੜਨ ਔਰ ਸਾਨੂੰ ਇਸੇ ਤਰ੍ਹਾਂ ਹੀ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਨ ਤਾਂ ਜੋ ਇਹ ਜੋ ਜੀਵਨ ਦਾ ਮਨੋਰਥ ਹੈ ਸਫਲ ਹੋ ਸਕੇ ਸੋ ਆਓ ਇੱਕ ਸ਼ਬਦ ਦੀ ਹਾਜ਼ਰੀ ਹੋਰ ਭਰੀ ਜਾਵੇਗੀ ਉਸ ਤੋਂ ਉਪਰੰਤ ਆਨੰਦ ਸਾਹਿਬ ਜੀ ਦੇ ਪਾਠ ਹੋਣਗੇ ਔਰ ਅਰਦਾਸ ਬੇਨਤੀ ਹੋਵੇਗੀ ਸੋ ਸਰਬ ਸੰਗਤਾਂ ਨੇ ਨਾਲ ਸ਼ਬਦ ਦੇ ਨਾਲ ਜੁੜ ਕੇ ਆਪਾਂ ਸਾਰੇ ਜਣੇ ਨੇ ਹਾਜ਼ਰੀ ਲਵਾਉਣੀ ਹੈ ਅੰਮ੍ਰਿਤ ਵੇਲੇ ਜੁੜਨ ਦਾ ਫਾਇਦਾ ਵੀ ਤਦੀ ਹੈ ਜੇ ਸਾਰੇ ਜਣੇ ਆਪਾਂ ਨਾਲ ਰਲ ਕੇ ਬੋਲੀਏ ਜੇ ਸਾਰੇ ਜਣੇ ਨੇ ਇੱਕ ਦੂਸਰੇ ਦੇ ਮੂੰਹ ਦੇਖਣੇ ਫੇਰ ਨਹੀਂ ਮਹਾਰਾਜ ਨੇ ਜਦੋਂ ਬਾਣੀ ਦੇ ਨਾਲ ਜੁੜਾਂਗੇ ਬਾਣੀ ਦਾ ਸ਼ਬਦ ਅੰਦਰ ਜਾਵੇਗਾ ਤੇ ਉਸਨੇ ਕਲਾ ਵਰਤਾਉਣੀ ਹੈ ਸੋ ਸਰਬਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸੋ ਆਪ ਜੀ ਨੇ ਨਾਲ ਸਹਿਯੋਗ ਦੇਣਾ ਹੈ ਸੋ ਆਓ ਆਪਾਂ ਸ਼ਬਦ ਦੇ ਨਾਲ ਜੁੜਨਾ ਕਰਦੇ ਹਾਂ ਐਸੀ ਲਾਲ ਤੁਝ ਬਿਨ ਕੌਣ ਕਰੇ 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 ਐਸੀ ਲਾਲ ਗਰੀਬ ਨਿਵਾਜ ਸੰਗਿਆ ਮੇਰਾ ਗਰੀਬ ਨਿਵਾਜ ਸੰਗਿਆ ਮੇਰਾ ਮਾਤਾ ਚਤੁਰਤਰ ਮਾਤਾ ਚਤੁਰਤਰ ਐਸੀ ਲਾਲ ਗਰੀਬ ਨਿਵਾਜ ਮੇਰਾ ਗਰੀਬ ਨਿਵਾਜ ਮੇਰਾ ਮੇਰਾ ਗੋਬਿੰਦ ਮੇਰਾ ਗੋਬਿੰਦ
आया
गए मुक्त काल नानक ते मुक्ति उजले कितनी चुड़ी नार ते होए उंगली गत मित कमी नहीं बोलो जी वाहिगुरु अरदास ओंकार सिंह वाहिगुरु जी की फतेह श्री गुरु की साहिबार श्री गुरु की पातशाही दसवीं ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਜੀ ਕੇ ਆਏ ਫਿਰ ਹੰਗੁਰੂ ਗੁਰੂ ਤੇ ਅਮਦਾਸ ਨਾਮ ਦੱਸਦੇ ਹੈ ਸਹਾਇ ਹਰ ਗੋਬਿੰਦ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜੀ ਜਿੱਥੇ ਸਭ ਜਾਏ ਤੇ ਹਜ਼ਰਤ ਸ੍ਰੀ ਹੈ ਤੁਹਾਨੂੰ ਮੇਰਾ ਵਰਤਾਰ ਸਭ ਥਾਈ ਹੋਣਾ ਦੀ ਸਾਜਿਸ਼ ਨੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਦੀ ਸਾਜਿਸ਼ ਸਭ ਪਾਸੋਂ ਨਹੀਂ ਹੋਈ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਤੇ ਅੰਤਰ ਕੇ ਬੋਲੋ ਜੀ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁੰਡੇ ਹਠਿਆਰ ਜਪੀਆਂ ਤੇ ਤਿੰਨ ਜਿਨ੍ਹਾਂ ਤੇਰਾ ਨਾਮ ਜਪਿਆ ਵੜ ਕੇ ਛਕਿਆ ਦੇ ਚਲਾਈ ਤੇ ਗਵਾਈ ਦੇ ਕਰਮ ਕੀਤਾ ਤੇ ਨਾ ਪਿਆਰਾ ਸੱਚਿਆ ਰੰਗ ਕਮਾਈ ਦਾ ਤੇ ਅੰਤਰ ਕੇ ਬੋਲੋ ਜੀ ਇਹਨਾਂ ਸਿੰਘਾਂ ਸਿੰਘੀਆਂ ਧਰਮ ਹੀ ਇਹ ਸੀ ਜਿੱਤੇ ਬੰਦ ਬੰਦ ਪਟਾਇਆ ਸੁਣਤੀਆਂ ਲੋਹਾਈਆਂ ਤਰਖੜੀਆਂ ਦੇ ਜਿਹੜੇ ਸਤਾਨ ਵਾਲਿਆਂ ਨਾਲ ਕਰਾਏ ਗੁਰਮਾਨ ਦੀ ਗੱਲ ਸ਼ਾਬਦੀ ਸਿੱਖ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਸ ਸੰਗਵਾਈ ਤੇ ਇਹਨਾਂ ਦੀ ਕਮਾਈ ਦਾ ਤੇ ਅੰਤਰ ਕੇ ਬੋਲੋ ਜੀ ਪੰਜਾਬ ਤਖਤਾਂ ਸਰਤ ਗੁਰਦੁਆਰਾਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਮੈ ਸਰੂਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰੂਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਹੋਏ ਚਿਤਿਆ ਕਸਬ ਕਸਬ ਸੁਖੋ ਜਹਾਂ ਜਹਾਂ ਪਾਸ ਕਹਾਂ ਕਹਾਂ ਰੱਖਿਆ ਨਿਆਏ ਦੇਖ ਤੇ ਫਤਿਹ ਵਿਰਧ ਜੀ ਵੈਰ ਬੰਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਗੁਰੂ ਵਾਲੇ ਬੋਲੋ ਜੀ ਸੁੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਲਹਿਰ ਦਾਨ ਵਿਵੇਕ ਦਾਨ ਉਤਸਾਹ ਦਾਨ ਪੁਰਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਹੁੰਦੇ ਜੁਗੋ ਜੁਗੋ ਟਲ ਤੁਹਾਨੂੰ ਕਾਜਾ ਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਤ ਕੀ ਮਤ ਕਰਾ ਖਾਪ ਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਿੱਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਉੱਟੀਆਂ ਸਿੰਘ ਦੇ ਆਸਰੇ ਤਾਂ ਤਾਂ ਸਤਿਗੁਰੂ ਦਾਸ ਮਹਾਰਾਜ ਜੀ ਆਗ ਦੇ ਚਰਨਾਂ ਪਾਉਣਾ ਤੇ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਅਰਦਾਸ ਬੇਨਤੀ
ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆਂ ਸਤਿਗੁਰੂ ਜੀ ਆਪ ਜੀ ਦੀਆਂ ਪਿਆਰ ਵਾਲੀਆਂ ਸੰਗਤਾਂ ਵੱਲੋਂ ਪ੍ਰਭਾਤ ਫੇਰੀਆਂ ਦਾ ਆਯੋਜਨ ਕੀਤਾ ਸੀ ਸਤਿਗੁਰੂ ਜੀ ਉਹ ਆਪ ਜੀ ਦੇ ਦਰ ਕਰਦੇ ਸੇਵਕ ਸ਼੍ਰੀ ਬਲਰਾਜ ਰਾਮ ਦੱਤੂ ਜੀ, ਬੀਬੀ ਅਮਰਜੀਤ ਕੌਰ, ਬੀਬੀ ਸ਼੍ਰੀ ਰਾਜ ਕੁਮਾਰ ਸਿੰਘ ਰੱਤੂ, ਬੀਬੀ ਰਿੰਪਲ ਰੱਤੂ, ਬੇਟਾ ਧਰਮਵੀਰ ਸਿੰਘ ਰੱਤੂ, ਹਰਪ੍ਰੀਤ ਕੌਰ, ਬੇਟਾ ਪਰਮਵੀਰ ਸਿੰਘ ਰੱਤੂ, ਬੇਟਾ ਹੈਵਿੰਦ ਸਿੰਘ ਰੱਤੂ ਅਤੇ ਬੇਟੀ ਬਨੀਤਾ, ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਸਤਿਗੁਰੂ ਜੀ ਉਹ ਰਲ ਮਿਲ ਕੇ ਸਤਿਗੁਰੂ ਜੀ ਆਪ ਜੀ ਦੀਆਂ ਪਿਆਰ ਵਾਲੀਆਂ ਸੰਗਤਾਂ ਦੀ ਸਤਿਗੁਰੂ ਜੀ ਚਰਨ ਆਪਣੇ ਗ੍ਰਹਿ ਵਿਖੇ ਪੁਆਇਆ ਹਨ। ਸਤਿਗੁਰੂ ਜੀ ਉਹ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੀਆਂ ਹਨ। ਸੇਵਕ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਅਮਰ ਵੇਲੇ ਸਤਿਗੁਰੂ ਜੀ ਸੰਗਤਾਂ ਨੂੰ ਸਤਿਗੁਰੂ ਜੀ ਆਪ ਜੀ ਦੇ ਕਰਨਾ ਕੀਰਤਨ ਹੋਏ, ਬਾਣੀ ਪੜ੍ਹੀ ਗਈ, ਕਵਿਤਾਵਾਂ ਪੜ੍ਹੀਆਂ ਗਈਆਂ, ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੋਲੋਂ, ਸੇਵਾ ਕਰਦਿਆਂ ਕੋਲੋਂ ਹੋਈਆਂ ਬਿਨ ਪ੍ਰਕਾਰ ਦੀਆਂ ਭੁੱਲਾਂ ਤੱਕਾਂ ਦੀ ਖਿਆਲ ਗਾਹ ਕੁਛ ਮਤ ਬਖਸ਼ਿਸ਼ ਕਰਨੀ।
ਸੇਵਕ ਪਰਿਵਾਰ ਤੋਂ ਪਰਿਵਾਰ ਦੇ ਸਿਰ ਤੇ ਮੇਹਰ ਪ੍ਰਿਆਤ ਰੱਖਣਾ ਆਉਣ ਵਾਲੇ ਜੀਵਨ ਵਿੱਚ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਆਪਣੇ ਚਰਨਾਂ ਦੇ ਨਾਲ ਜੋੜਦਿਆਂ ਬਾਣੀ ਦੇ ਨਾਲ ਜੋੜਦਿਆਂ ਸਤਿਗੁਰ ਸੇਵਕ ਪਰਿਵਾਰ ਨੂੰ ਨਿਵਾਜਦੇ ਰਹਿਣ ਸਤਿਗੁਰ ਜੀ ਆਪਣੀਆਂ ਬਖਸ਼ਿਸ਼ਾਂ ਕਮੀਆਂ ਰਹਿਮਤਾਂ ਕਰਨੀਆਂ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ਾਨੀ ਪ੍ਰੇਮ ਇਤਾਕ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਦਿਆਂ ਦੇਹ ਰੋਗਾਂ ਤੰਦਰੁਸਤੀਆਂ ਦੇ ਦਾਨ ਬਖਸ਼ਿਸ਼ ਕਰਨੀ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਬੱਚਿਆਂ ਨੂੰ ਮਾਤਾ ਪਿਤਾ ਦੀ ਆਗਿਆਕਾਰ ਬਣਾਉਣਾ ਰਹਿਮਤਾਂ ਕਰਨੀਆਂ ਸਤਿਗੁਰੂ ਜੀ ਉਹ ਜੋਬਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਸੇਵਕ ਪਰਿਵਾਰ ਨੂੰ ਧੰਨ ਧੰਨ ਸਤਿਗੁਰੂ ਗੁਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸਤਿਗੁਰੂ ਜੀ ਉਹ ਗੁਰੂ ਘਰ ਲਈ $501 ਹਾਜ਼ਰ ਹੋਏ ਹਨ ਜਿਨ੍ਹਾਂ ਖਜ਼ਾਨੇ ਚੋਂ ਮਾਇਆ ਸੋ ਖਜ਼ਾਨੇ ਭਰਪੂਰ ਕਰਨੇ ਖੁੱਲ੍ਹੇ ਖਜ਼ਾਨੇ ਨਾਮ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ ਰਹਿਮਤਾਂ ਕਰਨੀਆਂ ਹੋਰ ਬੇਅੰਤ ਸੰਗਤਾਂ ਨੇ ਸਤਿਗੁਰੂ ਜੀ ਆਪ ਜੀ ਦੇ ਸਤਿਕਾਰ ਵਜੋਂ ਸਤਿਗੁਰੂ ਜੀ ਉਹ ਮਾਇਆ ਭੇਟ ਕੀਤੀ ਕੀਰਤਨ ਭੇਟ ਅਰਦਾਸ ਹੋਈ ਸਤਿਗੁਰੂ ਜੀ ਜਿਨ੍ਹਾਂ ਖਜ਼ਾਨੇ ਚੋਂ ਮਾਇਆ ਸੋ ਖਜ਼ਾਨੇ ਭਰਪੂਰ ਕਰਨੇ ਖੁੱਲ੍ਹੇ ਖਜ਼ਾਨੇ ਨਾਮ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ ਰਹਿਮਤਾਂ ਕਰਨੀਆਂ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਸੇਵਕ ਪਰਿਵਾਰ ਨੂੰ ਅਗਾਂਹ ਤੋਂ ਵੀ ਆਪਣੇ ਚਰਨਾਂ ਦੇ ਨਾਲ ਜੁੜਦਾ ਗੁਰੂ ਘਰ ਦਾ ਪਿਆਰ ਬਖਸ਼ ਕਰਨਾ ਬਾਣੀ ਨਾਲ ਪਿਆਰ ਬਾਣੀ ਅਨੁਸਾਰ ਜੀਵਨ ਜਸ ਕਰਨੀ ਸਤਿਗੁਰੂ ਜੀ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰ ਨੂੰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਅਤੇ ਸਤਿਗੁਰੂ ਜੀ ਆਪ ਜੀ ਨੇ ਲਈ ਸੁੰਦਰ ਮਹਾਨੇ ਪੇਸ਼ ਕੀਤੇ ਹਨ ਸਤਿਗੁਰੂ ਜੀ ਉਹ ਸੇਵਕ ਪਰਿਵਾਰ ਦੀਆਂ ਸੇਵਾਵਾਂ ਥਾਂ ਪਾਉਣੀਆਂ ਸਿਰ ਤੇ ਮੇਹਰ ਪ੍ਰਿਆਤ ਰੱਖਣਾ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਲਈ ਗੁਰੂ ਘਰ ਲੰਗਰ ਹਾਜ਼ਰ ਹੈ ਜੀ ਕਿਰਪਾ ਕਰਨੀ ਪ੍ਰਵਾਨਤਾ ਬਖਸ਼ਿਸ਼ ਕਰਨੀ ਪ੍ਰਵਾਨ ਕੀਤਾ ਹੈ ਪ੍ਰਸ਼ਾਦ ਲੰਗਰ ਸਰਬਤ ਸੰਗਤ ਦੇ ਰਸਨੀ ਲਾਇਕ ਹੋ ਜੋ ਜੀ ਸਕੇ ਸੁਆਮ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਿਗੁਰੂ ਜੀ ਕਿਰਪਾ ਕਰੋ ਸਹੀ ਗੁਰੂ ਪਿਆਰੇ ਮਿਲੋ ਜਿਨ੍ਹਾਂ ਮੇਰੇ ਆਪ ਜੀ ਦਾ ਨਾਮ ਦਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਹੋਰ ਸੰਤਾਂ ਸਤਿਗੁਰੂ ਜੀ ਆਪ ਜੀ ਦੀਆਂ ਪਿਆਰ ਵਾਲੀਆਂ ਸੰਗਤਾਂ ਵੱਲੋਂ ਹੋਰ ਸੰਗਤਾਂ ਵੱਲੋਂ ਬੇਅੰਤ ਅਰਦਾਸ ਭੇਟਾਵਾਂ ਹਾਜ਼ਰ ਹੋਈਆਂ ਜਿਨ੍ਹਾਂ ਦੇ ਨਾਮ ਆਪ ਜਾਣੀ ਜਾਣ ਸਤਿਗੁਰੂ ਜੀ ਕਿਰਪਾ ਕਰਨੀ ਸਿਰ ਤੇ ਮੇਹਰ ਭਰਿਆ ਹੱਥ ਰੱਖਦਿਆਂ ਹੋਏ ਸਤਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਜੋੜਨਾ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣੇ ਹੋਇਆ ਸਭਨਾਂ ਦੀਆਂ ਸੇਵਾਵਾਂ ਥਾਂ ਪਾਉਣੀਆਂ ਸਤਿਗੁਰੂ ਜੀ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਜੋ ਸਤਸੰਗ ਦੀਆਂ ਘੜੀਆਂ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ ਉਸ ਅਕਾਲ ਪੁਰਖ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਔਰ ਸੇਵਕ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਸੰਗਤਾਂ ਦੇ ਚਰਨ ਆਪਣੇ ਗ੍ਰਹਿ ਵਿਖੇ ਪੁਆਏ ਨੇ ਸੋ ਇਹਨਾਂ ਦੇ ਪਰਿਵਾਰ ਨੂੰ ਵੀ ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਹੁਣ ਮੈਂ ਬੇਨਤੀ ਕਰਾਂਗਾ ਸੇਵਕ ਪਰਿਵਾਰ ਨੂੰ ਕਿ ਉਹ ਗੁਰੂ ਘਰ ਵੱਲੋਂ ਸਰੂਪ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰਨ ਔਰ ਨਾਲ ਨਾਲ ਬੇਨਤੀ ਕਰਦਾ ਜਾਵਾਂ ਤਨ ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ 10 ਮਾਰਚ ਦਿਨ ਐਤਵਾਰ ਨੂੰ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਰਿਵਰ ਐਂਡ ਸੈਕਰਾਮੈਂਟੋ ਵਿਖੇ ਆਯੋਜਨ ਕੀਤੇ ਜਾਂਦੇ ਨੇ ਆਪ ਸਰਬਤ ਸੰਗਤਾਂ ਭਲੀ ਭਾਤ ਜਾਣੂ ਹੋ ਸਰਬਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਪ ਜੀ ਨੇ 10 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਰਿਵਰ ਐਂਡ ਵਿਖੇ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਸੋ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਪ੍ਰਕਾਸ਼ ਪੁਰਬ ਹੈ ਉਹ 24 ਤਰੀਕ ਨੂੰ 24 ਫਰਵਰੀ ਨੂੰ ਆ ਰਿਹਾ ਹੈ ਦਿਨ ਸ਼ਨੀਵਾਰ
ਗੁਰੂ ਘਰ ਵਿਖੇ ਵੀਰਵਾਰ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣਗੇ ਔਰ ਸ਼ਨੀਵਾਰ ਨੂੰ ਭੋਗ ਪੈਣਗੇ ਇੱਕ ਸੇਵਕ ਪਰਿਵਾਰ ਵੱਲੋਂ ਹੋਰ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣਗੇ ਐਤਵਾਰ ਨੂੰ ਭੋਗ ਪੈਣਗੇ ਸੋ ਸਫਲ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਪ ਜੀ ਨੇ ਇਸੇ ਤਰ੍ਹਾਂ ਹੀ ਹੋਮ ਹਮਾ ਕੇ ਉੱਥੇ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਔਰ ਨਾਲ ਦੀ ਨਾਲ ਆਪਾਂ ਇੱਥੋਂ ਜਲ ਪਾਣੀ ਛੱਕ ਕੇ ਸਰਦਾਰ ਚਿਰਮਲ ਸਿੰਘ ਜੀ ਅਤੇ ਇਹਨਾਂ ਦੇ ਗ੍ਰਹਿ ਵਿਖੇ ਵੀ ਪ੍ਰਭਾਤ ਫੇਰੀ ਦੇ ਚਰਨ ਪਾਉਣੇ ਹਨ ਸੋ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਇਸੇ ਤਰ੍ਹਾਂ ਹੀ ਲੰਗਰ ਪ੍ਰਸ਼ਾਦਾ ਛਕਣ ਤੋਂ ਉਪਰੰਤ ਆਪ ਸਰਬੱਤ ਸੰਗਤਾਂ ਨੇ ਸਰਦਾਰ ਚਿਰਮਲ ਸਿੰਘ ਜੀ ਦੇ ਗ੍ਰਹਿ ਵਿਖੇ ਵੀ ਜਾਣਾ ਹੈ ਸੋ ਹੁਣ ਸੰਗਤਾਂ ਨੂੰ ਬੇਨਤੀ ਹੈ ਕਿ ਬੈਨਰ ਬਣਾ ਕੇ ਲੰਗਰ ਛਕਣ ਦੀ ਕਿਰਪਾਲਤਾ ਕਰੋ ਸੋ ਸਾਡੇ ਕੋਲੋਂ ਕੀਰਤਨ ਕਰਦਿਆਂ ਕੋਲੋਂ ਸੇਵਾਵਾਂ ਕਰਦਿਆਂ ਕੋਲੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖੇਵਾ ਬਖਸ਼ਣੀ ਅਰਦਾਸ ਕਰਨੀ ਤਾਂ ਜੋ ਆਪਾਂ ਸਾਰੇ ਜਣੇ ਰਲ ਕੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਮਨਾ ਸਕੀਏ ਸੋ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਵਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਗੁਰੂ ਘਰ ਵੱਲੋਂ ਜੋ ਸਰੂਪਾ ਸਾਹਿਬ ਦੀ ਬਖਸ਼ਿਸ਼ ਹੈ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ ਮੈਂ ਸੇਵਕ ਪਰਿਵਾਰ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ ਗੁਰੂ ਘਰ ਵੱਲੋਂ ਸਰੂਪਾ ਦੀ ਪ੍ਰਾਪਤੀ ਕਰਨ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਰਲੀ ਸੋਨਿਆ ਮੁਰਲੀ ਸੋਨਿਰਭੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਨਹੀਂ ਦੇਖਣਾ।
ठीक है।